ਤੈਨੂੰ ਪਤਾ ਹੈ ਸ਼ਗਨ ਦਾ ਰਿਸ਼ਤਾ ਨਾ ਉਹਦੇ ਘਰ ਜਾਣੇ ਕਿਤੇ ਹੋਰ ਤੈਅ ਕਰਤਾ ਵਿਚਾਰੀ ਨਾ ਹੋਰ ਰੋਂਦੀ ਸੀ ਮੇਰੇ ਕੋਲੇ ਉਹ ਦੇਖ ਲਾ ਹਰਮਨ ਨੂੰ ਕਿੰਨਾ ਪਿਆਰ ਕਰਦੀ ਸੀ ਪਰ ਵਿਆਹ ਤਾਂ ਨਾ ਸਾਫ਼ ਮੁੱਕਰ ਗਿਆ ਉਹ ਉਹ ਯਾਰ ਹਰਮਨ ਤਾਂ ਹੈ ਹੀ ਇਹ ਜਾਏਗਾ ਉਹ ਤਾਂ ਟਾਈਮ ਪਾਸ ਕਰਦਾ ਸੀਗਾ ਉਹਦੇ ਨਾਲ ਨਾ ਯਾਰ ਫਿਰ ਵੀ ਐਦਾਂ ਨਹੀਂ ਕਰਨਾ ਚਾਹੀਦਾ ਹਨਾ ਕੁੜੀਆਂ ਕਿੰਨਾ ਪਿਆਰ ਕਰਦੀਆਂ ਨੇ ਐਦਾਂ ਨਹੀਂ ਪਿਆਰ ਵੀ ਤਾਂ ਅਕਸਰ ਨੂੰ ਉਹ ਸੱਚੇ ਦਿਲੋਂ ਹੀ ਕਰਦੀ ਸੀ ਨਾ ਉਹ ਤਾਂ ਠੀਕ ਹੈਗਾ ਪਰ ਮੈਂ ਹਰਮਨ ਨੂੰ ਜਾਣਦਾ ਚੰਗੀ ਤਰ੍ਹਾਂ ਉਹ ਪਹਿਲਾਂ ਹੀ ਬਥੇਰੀਆਂ ਕੁੜੀਆਂ ਨਾਲ ਟਾਈਮ ਪਾਸ ਕਰਦਾ ਰਿਹਾ ਹੈਗਾ ਪਰ ਦੇਖਣ 'ਚ ਤਾਂ ਲੱਗਦਾ ਨਹੀਂ ਹਰਮਨ ਇਹੋ ਜਿਹਾ ਹਨਾ ਉਹ ਦੇਖਣ ਨੂੰ ਬਹੁਤ ਭੋਲਾ ਭਾਲਾ ਲੱਗਦਾ ਉਹ ਨਹੀਂ ਯਾਰ ਉਹ ਬਹੁਤ ਰੋਂਦੀ ਸੀਗੀ ਐਦਾਂ ਨਹੀਂ ਕਰਨਾ ਚਾਹੀਦਾ ਸੀ ਉਹਨੂੰ ਵਿਚਾਰੇ ਨੂੰ ਚਲੋ ਉਹਦੇ 'ਚ ਉਹਦਾ ਤਾਂ ਕੀ ਕਸੂਰ ਸੀਗਾ ਧੋਖਾ ਹੋ ਗਿਆ ਉਹਦੇ ਨਾਲ ਚਲੋ ਹੁਣ ਜੋ ਕੁਛ ਤੁਸੀਂ ਤਾਂ ਨਹੀਂ ਮੇਰੇ ਨਾਲ ਇਦਾਂ ਕਰਦੇ ਕਿਤੇ ਉਹ ਨਹੀਂ ਕਰਦਾ ਮੈਂ ਨਹੀਂ ਕਰਦਾ ਹੈਗਾ ਦੇਖ ਲਓ ਫਿਰ ਕਿਤੇ ਮੈਨੂੰ ਵੀ ਧੋਖਾ ਦੇ ਜਾਂ ਤੁਸੀਂ ਕਿਤੇ ਅੱਧ ਵਿੱਚ ਕਾਰ ਛੱਡ ਜਾਓ ਉਹ ਨਹੀਂ ਮੈਂ ਹਰਮਨ ਵਰਗਾ ਨਹੀਂ ਹੈਗਾ ਗਾ ਜੱਟ ਤੈਨੂੰ ਵਿਆਹ ਕੇ ਲਿਆਊਗਾ ਸਿਰੇ ਨਾਲ ਫਿਰ ਲੈ ਜਾਣਾ ਕੋਈ ਗੱਲ ਨਹੀਂ ਟਾਈਮ ਕਿਉਂ ਲਾਇਆਗਾ ਲੈ ਕੇ ਜਾਵਾਂ ਬਸ ਕਰਦੇ ਹਾਂ ਘਰੇ ਗੱਲ ਤੂੰ ਵੀ ਦੇਖੀ ਘਰੇ ਜਾਂਦੇ ਗੱਲ ਹਾਂ ਕਰ ਲਈ ਆਪਦੇ ਦੇਖੋ ਹਿੰਮਤ ਜੀ ਤਾਂ ਪੈਂਦੀ ਨਹੀਂ ਗੱਲ ਕਰਨ ਦੀ ਪਰ ਫਿਰ ਵੀ ਕੋਸ਼ਿਸ਼ ਕਰੂੰਗੀ ਆ ਹੁਣ ਤੁਸੀਂ ਆਪ ਹੀ ਦੇਖ ਲਓ ਸੀਰਤ ਨੇ ਵੀ ਤਾਂ ਘਰੇ ਗੱਲ ਕੀਤੀ ਸੀ ਘਰਦੇ ਕਿਹੜਾ ਮੰਨੇ ਨੇ ਉਹ ਤਾਂ ਠੀਕ ਹੈ ਤੂੰ ਨਾ ਮੁੱਕਰ ਜੀ ਦੇਖੀ ਕਿਤੇ ਤੁਹਾਨੂੰ ਲੱਗਦਾ ਮੇਰੇ ਤੇ ਬਲੀਵ ਨਹੀਂ ਤੁਹਾਨੂੰ ਚੱਲ ਕੋਈ ਗੱਲ ਨਹੀਂ ਚੱਲ ਹੁਣ ਆਪਾਂ ਚੱਲੀਏ ਫਿਰ ਚਲੋ ਚੱਲ ਮਿਲਦੇ ਹਾਂ ਫਿਰ ਕੱਲ ਨੂੰ ਚਲ ਠੀਕ ਹੈ ਜੀ ਠੀਕ ਹੈ। ਲੱਗਦਾ ਟਾਈਮ ਹੀ ਬਹੁਤ ਹੋ ਗਿਆ ਕਾਲਜ ਵੀ ਜਾਣਾ ਕਿਤੇ ਲੇਟ ਨਾ ਹੋ ਜਾ ਚਲ ਫਰੈਸ਼ ਹੋ ਜਾਣਾ ਹੁਣ ਜੇ ਲੇਟ ਹੋ ਗਈ ਨਾ ਕਾਲਜੋਂ ਇੱਕ ਘੰਟੇ ਦਾ ਲੈਕਚਰ ਸੁਣਨਾ ਪੈਣਾ ਵਿੱਕੀ ਦਾ ਮੈਸੇਜ ਅੱਜ ਕਾਲਜ ਜਲਦੀ ਆ ਜਾਣਾ ਓਕੇ ਬਾਬਾ ਜਲਦੀ ਹੀ ਆਊਂਗੀ ਚਲ ਮੈਂ ਨਾ ਹੁਣ ਫਟਾਫਟ ਤਿਆਰ ਹੋ ਜਾ ਕਿਤੇ ਅੱਜ ਫੇਰ ਮੇਰਾ ਲੈਕਚਰ ਲੱਗ ਜੇ ਪਿਆ ਕੱਲ ਲੇਟ ਹੋ ਗਈ ਅਮਨ ਹਾਂ ਮੰਮੀ ਉੱਠ ਗਈ ਪੁੱਤ ਹਾਂ ਮੰਮੀ ਕਾਲਜ ਜਾਣਾ ਫਿਰ ਮੈਂ ਲੇਟ ਨਾ ਹੋ ਜਾ ਕੱਲ ਮੈਨੂੰ ਪਤਾ ਕਿੰਨੀਆਂ ਝਟਕਾਂ ਪਈਆਂ ਉੱਥੇ ਕਾਲਜ 'ਚ ਲੇਟ ਹੋ ਗਈ ਕੱਲ ਮੈਂ ਨਾ ਨਾ ਅੱਜ ਤੈਨੂੰ ਕਾਲਜ ਜਾਣ ਦੀ ਕੋਈ ਲੋੜ ਨਹੀਂ ਹੈਗੀ ਕਿਉਂ ਮੰਮੀ ਕੀ ਗੱਲ ਹੋ ਗਈ ਗੱਲ ਤਾਂ ਇਹ ਹੈ ਪੁੱਤ ਆ ਤੇਰਾ ਬਾਪੂ ਆ ਗਿਆ ਲੈ ਐਸੇ ਤੋਂ ਪੁੱਛ ਲੈ ਇਹੀ ਦੱਸੂ ਤੈਨੂੰ ਪੁੱਤ ਮੈਂ ਦੱਸਦਾ ਤੈਨੂੰ ਅੱਜ ਤੈਨੂੰ ਦੇਖਣ ਵਾਲਿਆਂ ਨੇ ਆਉਣਾ ਹੈ ਦੇਖਣ ਵਾਲਿਆਂ ਨੇ ਮੰਮੀ ਪਾਪਾ ਕੀ ਕਹਿ ਰਹੇ ਨੇ ਤੁਸੀਂ ਮਾੜਾ ਮੋਟਾ ਮੈਨੂੰ ਪੁੱਛ ਤਾਂ ਲੈਂਦੇ ਲੈ ਦੱਸ ਇਹ 'ਚ ਪੁੱਛਣ ਵਾਲੀ ਕਿਹੜੀ ਗੱਲ ਹੈ ਵਿਆਹ ਤਾਂ ਤੇਰਾ ਕਰਨਾ ਹੀ ਹੈ ਵਿਆਹ ਤਾਂ ਮੰਮੀ ਕਰਨਾ ਹੀ ਹੈ ਪਰ ਇੱਕ ਵਾਰੀ ਮੁੰਡੇ ਵਾਲਿਆਂ ਨੂੰ ਬੁਲਾਉਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਂਦੇ ਨਾ ਪੁੱਤ ਤੂੰ ਹੁਣ ਐਡੀ ਉੱਡੀ ਹੋ ਗਈ ਹਰ ਗੱਲ ਤੈਨੂੰ ਪੁੱਛ ਕੇ ਕਰਿਆ ਕਰੀਏ ਨਾ ਤੈਨੂੰ ਪੜ੍ਹਨ ਲਾਇਆ ਉਹ ਪੁੱਛ ਕੇ ਲਾਇਆ ਤੈਨੂੰ ਹਰ ਕੰਮ ਤੈਨੂੰ ਪੁੱਛ ਕੇ ਕਰਿਆ ਕਰੀਏ ਹੈ ਪਾਪਾ ਇਹ ਤੁਸੀਂ ਕੀ ਕਹਿ ਰਹੇ ਹੋ ਮੰਮੀ ਮੈਂ ਨਾ ਆਪਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਹੈ ਪੁੱਤਾਂ ਅਸੀਂ ਕਿਹੜਾ ਮਾੜਾ ਲੱਭ ਕੇ ਦੇਵਾਂਗੇ ਤੇਰੇ ਵਾਸਤੇ ਡੈਡੀ ਗੱਲ ਮਾੜੇ ਚੰਗੇ ਦੀ ਨਹੀਂ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਮੰਮੀ ਮੈਂ ਉਸੇ ਨਾਲ ਹੀ ਵਿਆਹ ਕਰਵਾਉਂਗੀ ਲੈ ਦੇਖ ਲੈ ਕਿਹੋ ਜੀਆਂ ਗੱਲਾਂ ਕਰਦੀ ਹੈ ਸੰਗ ਸ਼ਰਮ ਲੈ ਗਈ ਤੇਰੀ ਮੰਮੀ ਪਾਪਾ ਅੱਜ ਤੁਹਾਨੂੰ ਕੀ ਹੋਇਆ ਪਿਆ ਤੁਸੀਂ ਆਪ ਹੀ ਤਾਂ ਕਹਿੰਦੇ ਹੁੰਦੇ ਸੀ ਜੇ ਤੈਨੂੰ ਕੋਈ ਵੀ ਮੁੰਡਾ ਪਸੰਦ ਹੋਇਆ ਤਾਂ ਸਾਨੂੰ ਇੱਕ ਵਾਰੀ ਦੱਸ ਦੀ ਫਿਰ ਅੱਜ ਕੀ ਹੋ ਗਿਆ ਅੱਜ ਤੁਸੀਂ ਬੈਠੇ ਇਹਦੀ ਪਕਾਈ ਕੀ ਸੁਣੀ ਜਾਂਦੇ ਹੋ ਜਾਓ ਸਮਾਨ ਲਿਆਓ ਆਣਾ ਹੈ ਉਹਨਾਂ ਨੇ ਨਾਲੇ ਗੱਲ ਸੁਣ ਮੇਰੀ ਕਹਿਣੀ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਆਹ ਬਾਹਲੇ ਡਰਾਮੇ ਜੇ ਕਰਨ ਦੀ ਲੋੜ ਨਹੀਂ ਛੇਤੀ ਤਿਆਰ ਹੋ ਜਾ ਮੈਂ ਵੀ ਝਾੜੂ ਪੋਚਾ ਕਰਦੀ ਹਾਂ ਆਉਣ ਵਾਲੇ ਹੁਣੇ ਉਹ ਦੇਖਣ ਵਾਸਤੇ ਮੰਮੀ ਮੇਰੀ ਗੱਲ ਸੁਣ ਹਾਂ ਕੀ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦੀ ਮੰਮੀ ਤੁਸੀਂ ਤਾਂ ਮੈਨੂੰ ਸਮਝ ਲਓ ਪਲੀਜ਼ ਅਸੀਂ ਤੈਨੂੰ ਸਮਝਦੇ ਹੀ ਹਾਂ ਪਰ ਹੁਣ ਤੂੰ ਸਾਨੂੰ ਸਮਝ ਗੱਲ ਸੁਣ ਮੇਰੀ ਅਸੀਂ ਤੇਰੇ ਦੁਸ਼ਮਣ ਨਹੀਂ ਹੈਗੇ ਜੋ ਕਰਦੇ ਨਾ ਤੇਰੇ ਚੰਗੇ ਵਾਸਤੇ ਕਰਦੇ ਹਾਂ ਚੁੱਪ ਕਰਕੇ ਤਿਆਰ ਹੋ ਜਾ ਉਰੇ ਬਾਲਾ ਜਲੂਸ ਜਾ ਨਾ ਕੱਢੀ ਠੀਕ ਹੈ ਪਰ ਮੰਮੀ ਪਰ ਪੁਰ ਕੁਛ ਨਹੀਂ ਹੈਗੀ ਮੈਂ ਕਹਿਤਾ ਸੋ ਕਹਿਤਾ ਤਿਆਰ ਹੋ ਜਾ ਆਉਣ ਵਾਲੇ ਹੁਣੇ ਮੈਂ ਕੰਮ ਬਹੁਤ ਪਏ ਨੇ ਉਰੇ ਮੈਂ ਵਿਹਲੀ ਨਹੀਂ ਹੈਗੀ ਚੰਗਾ ਸੁਣ ਗਈ ਗੱਲ ਹੈਲੋ ਵਿੱਕੀ ਕਿੱਥੇ ਆ ਤੂੰ ਯਾਰ ਮੈਂ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਘੁੰਮ ਗਿਆ ਸੀ ਚੰਡੀਗੜ੍ਹ
निक्की तेनू घूमन दी पई है, मेरी इधर जान ते बनी पई है। तेन जरा भी फिक्र नहीं हैगी मेरी निक्की, अज ना मेनू देखने वाले आ रहे ने। हां तू की कह रहा बिक्की, यार कमाल दी गल है, तू बोल रहा है। मेनू लगता तू भी हरमन वर्गी निकलिया। नहीं बिक्की तू बदल गया, तू धोखेबाज है। मैं तेनू किन्ना प्यार करती रही, तू मेरे प्यार दा जरा भी मुल नहीं पाया। चल कोई गल निकलिया रब्बा मेरी कोई नहीं सुनता। मैनू किन्ना प्यार करती सी, इन्हें मेरे बारे कुछ नहीं सोचा। तू जल्दी कर, मुंडे आले आए बैठे ने। मम्मी हजे भी एक बारी सोच लो। पुत की सोचना है, तू समझने की कोशिश कर। दर ते आए बैठे ने, उन्होंने आई नहीं मोड़ दिए। तू मेरी गल सुन, चाह पानी फड़ा एक बारी। जे तेन मुंडा ना पसंद आए ना, फिर भावा तू ना कर दी, तू एक बारी मुंडे नूं देखता लै। मम्मी तुसी ठीक नहीं कर रहे, मैनूं तुहाडी गल ना इह जमा भी वधिया नहीं लगदी। पुत एवें नहीं मूड खराब करिया करदे, असीं जो कर रहे हैं तेरे चंगे वास्ते कर रहे हैं। नाले डर ते आए बैठे ने, हुण घरे आए बैठे ने, उन्हां नूं दस की जवाब देवांगे। कमली कमली नहीं बणदे हुंदे, जल्दी आ जा। चलो मम्मी मैं आई। ਹੋਰ ਭੈਣ ਜੀ ਠੀਕ ਠਾਕ ਆ ਗਏ? ਕੋਈ ਰਸਤੇ 'ਚ ਦਿੱਕਤ ਤਾਂ ਨਹੀਂ ਆਈ? ਨਾ ਜੀ ਕੋਈ ਦਿੱਕਤ ਨਹੀਂ ਆਈ, ਵਧੀਆ ਆਏ। ਅੱਛਾ, ਹੋਰ ਸਾਰੇ ਠੀਕ ਸੀ ਆਪਣੇ? ਹੈ ਹਾਂ ਜੀ ਵਧੀਆ ਜੀ, ਤੁਸੀਂ ਦੱਸੋ? ਠੀਕ ਠਾਕ ਜੀ। ਹੋਰ ਤੁਹਾਡੀ ਸਿਹਤਾਂ ਠੀਕ ਨੇ ਜੀ? ਹਾਂ ਜੀ ਹਾਂ ਠੀਕ ਹੈ। ਤੁਹਾਨੂੰ ਠੀਕ ਹੋ ਭਾਈ ਸਾਹਿਬ? ਬਹੁਤ ਵਧੀਆ, ਆਪ ਸੁਣਾਓ? ਵਧੀਆ ਜੀ ਮੇਰਾ। ਹਾਂ ਬਸ ਟਾਈਮ ਜੇ ਨਾਲ ਹੀ ਆ ਗਏ ਸੀ, ਜਿਵੇਂ ਜਿਵੇਂ ਤੁਸੀਂ ਵਧੀਆ ਸਾਨੂੰ ਮੈਸੇਜ ਦਿੱਤਾ ਸੀ ਵੀ ਇਸ ਟਾਈਮ 'ਤੇ ਪਹੁੰਚ ਗਏ, ਪਹੁੰਚ ਗਏ। ਠੀਕ ਹੈ ਜੀ। ਹਾਂ ਚਲੋ ਜੀ, ਇਹ ਤਾਂ ਕਿਰਪਾ ਹੈ ਵਾਹਿਗੁਰੂ ਦੀ, ਹਾਂ ਜੀ, ਜਿਹਨੇ ਆਪਾਂ ਨੂੰ ਮਿਲਿਆ ਹੈ ਨਾ। ਬਿਲਕੁਲ ਜੀ ਬਿਲਕੁਲ। ਤੇ ਤੁਸੀਂ ਲੜਕੀ ਨੂੰ ਲਿਆਓ ਜੀ? ਸਿਆਣੇ ਬਣਦੇ ਹੁੰਦੇ ਨੇ। ਵਿੱਕੀ ਤੋਂ ਬੱਚਿਆਂ ਨੂੰ ਵੀ ਸਾਨੂੰ ਘੱਟ ਪਿਆਰ ਕਰਦੇ ਆ। ਪੜ੍ਹੀ ਲਿਖੀ ਮਿਲੀ ਹੈ, ਬਹੁਤ ਜ਼ਿਆਦਾ ਖੁਸ਼ ਹੈ। ਤੇ
ਨਮਕੀਨ ਲੈ ਲਓ ਜੀ, ਲੈ ਲਓ ਮੰਮੀ ਨਮਕੀਨ, ਲੈ ਲਓ ਭੈਣ ਜੀ, ਹਾਂਜੀ ਲੈ ਲਓ ਲੈ ਲਓ ਬੇਟੀ।